ਭਗਵੰਤ ਮਾਨ ਕੌਣ ਹੈ ਜੋ ਇਸ ਨਾਮ ਨੂੰ ਨਹੀਂ ਜਾਣਦਾ। ਅੱਜ ਦੀ ਵੀਡੀਓ ਹੈ ਜੀ ਕਮੇਡੀਅਨ ਤੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਭਗਵੰਤ ਮਾਨ ਦੇ ਉੱਤੇ। ਕਿੱਥੇ ਹੋਇਆ ਜਨਮ, ਕਿਵੇਂ ਕਮੇਡੀ ਕਰਦੇ ਕਰਦੇ ਭਗਵੰਤ ਮਾਨ ਮੁੱਖ ਮੰਤਰੀ ਬਣ ਗਏ, ਉਹਨਾਂ ਦੀ ਜੀਵਨੀ ਆਧਾਰਿਤ ਇਸ ਵੀਡੀਓ ਦੇ ਵਿੱਚ ਉਹ ਸਭ ਗੱਲਾਂ ਦੱਸੀਆਂ ਜਾਣਗੀਆਂ ਜੋ ਤੁਸੀਂ ਸ਼ਾਇਦ ਨਹੀਂ ਜਾਣਦੇ। ਉਸ ਤੋਂ ਪਹਿਲਾਂ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਚਸਕਾ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ। ਸੋ ਆਓ ਫਿਰ ਵੱਧਦੇ ਹਾਂ ਅੱਗੇ। ਭਗਵੰਤ ਮਾਨ ਦਾ ਜਨਮ 17 ਅਕਤੂਬਰ 1972 ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਸਤੌਜ ਵਿੱਚ ਮਾਤਾ ਹਰਪਾਲ ਕੌਰ ਅਤੇ ਪਿਤਾ ਮਹਿੰਦਰ ਸਿੰਘ ਦੇ ਘਰ ਹੋਇਆ। ਪਰਿਵਾਰ ਵਿੱਚ ਭਗਵੰਤ ਮਾਨ ਦੇ ਇੱਕ ਭੈਣ ਵੀ ਹੈ ਜਿਨ੍ਹਾਂ ਦਾ ਨਾਮ ਮਨਪ੍ਰੀਤ ਕੌਰ ਹੈ ਅਤੇ ਇੱਕ ਛੋਟਾ ਭਰਾ ਵੀ ਸੀ ਮੇਵਾ ਸਿੰਘ, ਜਿਨ੍ਹਾਂ ਦੀ 5 ਸਾਲ ਦੀ ਉਮਰ ਦੇ ਵਿੱਚ ਪੇਟ ਦੇ ਕੈਂਸਰ ਕਾਰਨ ਮੌਤ ਹੋ ਗਈ ਸੀ। ਭਗਵੰਤ ਮਾਨ ਦਾ ਘਰ ਦਾ ਨਾਮ ਜੁਗਨੂ ਹੈ। ਪਿੰਡ ਤੋਂ 7 ਕਿਲੋਮੀਟਰ ਦੂਰ ਪੈਂਦੇ ਸਰਕਾਰੀ ਸਕੂਲ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਦੇ ਉਪਰੰਤ ਭਗਵੰਤ ਮਾਨ ਨੇ ਸੁਨਾਮ ਦੇ ਸ਼ਹੀਦ ਊਧਮ ਸਿੰਘ ਕਾਲਜ ਵਿੱਚ ਐਮ ਕੌਮ ਦੀ ਪੜ੍ਹਾਈ ਲਈ ਦਾਖਲਾ ਲਿਆ, ਪਰ ਆਪਣੇ ਐਕਟਿੰਗ ਕਰੀਅਰ ਕਰਕੇ ਸੈਕੰਡ ਈਅਰ ਵਿੱਚ ਹੀ ਐਮ ਕੌਮ ਦੀ ਪੜ੍ਹਾਈ ਛੱਡ ਦਿੱਤੀ। ਭਗਵੰਤ ਮਾਨ ਦਾ ਵਿਆਹ ਇੰਦਰਪ੍ਰੀਤ ਕੌਰ ਨਾਲ ਹੋਇਆ ਸੀ। ਭਗਵੰਤ ਮਾਨ ਦੇ ਇੱਕ ਬੇਟਾ ਅਤੇ ਇੱਕ ਬੇਟੀ ਵੀ ਹੈ। ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਨੂੰ ਬਰਾਕ ਓਬਾਮਾ ਵੱਲੋਂ ਅਮਰੀਕਾ ਵਿੱਚ ਬ੍ਰਿਲੀਅੰਟ ਸਟੂਡੈਂਟ ਐਪਰੀਸ਼ੀਏਸ਼ਨ ਲੈਟਰ ਵੀ ਦਿੱਤਾ ਗਿਆ ਸੀ। ਭਗਵੰਤ ਮਾਨ ਨੇ ਬੜੀ ਮਿਹਨਤ ਅਤੇ ਲਗਨ ਨਾਲ ਪਹਿਲਾਂ ਕਮੇਡੀ ਅਤੇ ਫਿਰ ਰਾਜਨੀਤੀ 'ਚ ਆਪਣਾ ਵੱਡਾ ਨਾਮ ਬਣਾਇਆ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕੀਤਾ। ਬਚਪਨ ਤੋਂ ਹੀ ਭਗਵੰਤ ਮਾਨ ਨੂੰ ਐਕਟਿੰਗ ਦਾ ਬਹੁਤ ਸ਼ੌਂਕ ਸੀ। ਸ਼ੁਰੂਆਤੀ ਦੌਰ 'ਚ ਭਗਵੰਤ ਮਾਨ ਮੁਹੰਮਦ ਸਦੀਕ ਨਾਲ ਪ੍ਰੋਗਰਾਮ ਕਰਨ ਵੀ ਜਾਇਆ ਕਰਦੇ ਸੀ। ਸਕੂਲਾਂ ਕਾਲਜਾਂ 'ਚ ਗੀਤ ਅਤੇ ਕਮੇਡੀ ਪਰਫੋਰਮ ਕਰਨ ਅਤੇ 2 ਵਾਰੀ ਪੰਜਾਬ ਯੂਨੀਵਰਸਿਟੀ ਪਟਿਆਲਾ ਅਤੇ ਸ਼ਹੀਦ ਊਧਮ ਸਿੰਘ ਗੌਰਮੈਂਟ ਕਾਲਜ ਸੁਨਾਮ ਤੋਂ ਗੋਲਡ ਮੈਡਲ ਜਿੱਤਣ ਉਪਰੰਤ ਭਗਵੰਤ ਮਾਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਮੇਡੀਅਨ ਜਗਤਾਰ ਜੱਗੀ ਨਾਲ ਰਲ ਕੇ ਇੱਕ ਟੀਵੀ ਸ਼ੋਅ ਲਾਂਚ ਕਰਕੇ, ਜਿਸ ਦਾ ਨਾਮ ਸੀ ਜੁਗਨੂ ਕਹਿੰਦਾ ਏ, ਨਾਲ ਕੀਤੀ। 10 ਸਾਲ ਬਾਅਦ ਜਗਤਾਰ ਜੱਗੀ ਨਾਲ ਸਾਂਝੇਦਾਰੀ ਟੁੱਟਣ ਬਾਅਦ ਅੱਜ ਦੇ ਪੰਜਾਬੀ ਰਾਈਟਰ ਅਤੇ ਐਕਟਰ ਰਾਣਾ ਰਣਬੀਰ ਨਾਲ ਸਾਂਝੇਦਾਰੀ ਸ਼ੁਰੂ ਕੀਤੀ ਅਤੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਦਾ ਨਾਮ ਸੀ ਜੁਗਨੂ ਮਸਤ ਮਸਤ। 2006 ਕੈਨੇਡਾ ਟੂਰ ਦਰਮਿਆਨ ਫਿਰ ਜਗਤਾਰ ਜੱਗੀ ਨਾਲ ਭਗਵੰਤ ਮਾਨ ਮਿਲੇ ਅਤੇ ਕੈਨੇਡਾ ਦੇ ਸ਼ੋਅ ਲਗਾਏ। ਭਗਵੰਤ ਮਾਨ ਨੇ ਬਹੁਤ ਸਾਰੀਆਂ ਐਲਬਮਸ ਲਾਂਚ ਕੀਤੀਆਂ, ਪਰ ਉਹਨਾਂ ਨੂੰ ਕੁਲਫੀ ਗਰਮਾ ਗਰਮ ਨਾਲ ਹੀ ਪ੍ਰਸਿੱਧੀ ਪ੍ਰਾਪਤ ਹੋਈ। 2008 'ਚ ਭਗਵੰਤ ਮਾਨ ਨੇ ਗ੍ਰੇਟ ਇੰਡੀਅਨ ਲਾਫਟਰ ਚੈਲੰਜ 'ਚ ਹਿੱਸਾ ਲਿਆ। 2013 'ਚ ਭਗਵੰਤ ਮਾਨ ਦੀ ਲਾਸਟ ਐਲਬਮ ਆਈ ਸੀ ਕੁਲਫੀ ਗਰਮਾ ਗਰਮ 2, ਜਿਸ ਨੂੰ ਅਮਰੋਡੀਓ ਨੇ ਰਿਲੀਜ਼ ਕੀਤਾ ਸੀ, ਜਿਸ ਵਿੱਚ ਪੁਲਿਸ ਵਪਾਰੀਆਂ ਨੇਤਾਵਾਂ 'ਤੇ ਕਾਫ਼ੀ ਤਿੱਖੇ ਸ਼ਬਦੀ ਵਾਰ ਕੀਤੇ ਗਏ ਸੀ। ਭਗਵੰਤ ਮਾਨ ਦੀਆਂ ਬਹੁਤ ਸਾਰੀਆਂ ਗੱਲਾਂ 'ਚ ਪੰਜਾਬ ਦਾ ਦਰਦ ਸਾਹਮਣੇ ਆਉਂਦਾ ਸੀ ਅਤੇ ਉਦੋਂ ਤੋਂ ਹੀ ਭਗਵੰਤ ਮਾਨ ਪੰਜਾਬ ਚਿੰਤਤ ਵੀ ਬਣ ਗਿਆ ਸੀ, ਜਿਸ ਕਾਰਨ ਬਾਅਦ ਵਿੱਚ ਉਹ ਕਮੇਡੀ ਛੱਡ ਰਾਜਨੀਤੀ ਵਿੱਚ ਆਏ। ਭਗਵੰਤ ਮਾਨ ਨੇ ਕਾਫ਼ੀ ਫਿਲਮਾਂ ਵਿੱਚ ਵੀ ਕੰਮ ਕੀਤਾ। 1994 'ਚ ਪੰਜਾਬੀ ਫਿਲਮ ਕਚਹਿਰੀ ਨਾਲ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ, ਫਿਰ 94 'ਚ ਆਈ ਤਬਾਹੀ, 95 'ਚ ਨੈਣ ਪ੍ਰੀਤੋ ਦੇ, 96 'ਚ ਸੁੱਖਾ, 2001 'ਚ ਸਿਕੰਦਰ, ਫਿਰ 2010 'ਚ ਬੱਬੂ ਮਾਨ ਦੀ ਮੂਵੀ ਏਕਮ, ਫਿਰ ਸੁਖਮਣੀ, 2011 'ਚ ਹੀਰੋ ਹਿਟਲਰ ਇਨ ਲਵ, 2014 'ਚ ਪੁਲਿਸ ਇਨ ਪੋਲੀਵੁੱਡ, 2015 'ਚ ਬਾਈ ਜੀ ਤੁਸੀਂ ਘੈਂਟ ਹੋ। ਭਗਵੰਤ ਮਾਨ ਨੇ ਕਈ ਐਲਬਮਸ ਕੀਤੀਆਂ, ਜਿਨ੍ਹਾਂ ਵਿੱਚੋਂ ਸੀ ਗੋਭੀ ਦੀ ਕੱਚੀ ਵਪਾਰ ਨੇ, ਕੋਕੋ ਦੇ ਬੱਚੇ, ਲੱਲੂ ਕਰੇ ਕਵੱਲੀਆਂ, ਧੱਕਾ ਸਟਾਰਟ, ਸਾਵਧਾਨ ਅੱਗੇ ਭਗਵੰਤ ਮਾਨ, ਕੁਲਫੀ ਗਰਮਾ ਗਰਮ 1 ਅਤੇ 2, ਮਿੱਠੀਆਂ ਮਿਰਚਾਂ, ਕੀ ਮੈਂ ਝੂਠ ਬੋਲਿਆ, ਸਾਡੀ ਬਿੱਲੀ ਸਾਨੂੰ ਮਿਆਉ, ਜਾਗਦੇ ਰਹੋ, ਗੁਸਤਾਖੀ ਮਾਫ਼, ਰੁਕਾਵਟ ਕੇ ਲਈ ਖੇਦ ਹੈ, 5 ਦੁਣੀ 20 ਆਦਿ। ਭਗਵੰਤ ਮਾਨ ਦੀਆਂ ਹਰ ਐਲਬਮ 'ਚ ਪੰਜਾਬ ਦੇ ਸੋਸ਼ਲ ਇਸ਼ੂ ਜਿਵੇਂ ਭ੍ਰਿਸ਼ਟਾਚਾਰ, ਸਿਸਟਮ, ਪੁਲਿਸ, ਬੇਰੁਜ਼ਗਾਰੀ, ਰਾਜਨੀਤੀ ਆਦਿ ਨੂੰ ਦਰਸਾਉਂਦੇ ਹਾਸੇ ਭਰਪੂਰ ਪਰ ਦਰਦ ਨੂੰ ਪੇਸ਼ ਕਰਦੇ ਜੋਕ ਹੋਇਆ ਕਰਦੇ ਸੀ। ਭਗਵੰਤ ਮਾਨ ਦੀ ਕਮੇਡੀ ਲੱਚਰ ਨਾ ਹੋ ਕੇ ਬੜੇ ਉੱਚੇ ਮਿਆਰ ਦੀ ਰਹੀ ਹੈ ਅਤੇ ਲੋਕਾਂ ਨੂੰ ਹਸਾਉਣ ਦੇ ਨਾਲ ਨਾਲ ਅਵੇਅਰ ਵੀ ਕਰਦੇ ਰਹੇ ਨੇ, ਜਿਸ ਦੇ ਵਜੋਂ ਭਗਵੰਤ ਮਾਨ ਨੇ ਰਾਜਨੀਤੀ 'ਚ ਪੈਰ ਰੱਖਣ ਬਾਰੇ ਸੋਚਿਆ। ਪੋਲੀਟੀਕਲ ਕੈਰੀਅਰ ਦੀ ਸ਼ੁਰੂਆਤ ਭਗਵੰਤ ਮਾਨ ਨੇ ਸਾਲ 2012 'ਚ ਕੀਤੀ। ਮਨਪ੍ਰੀਤ ਬਾਦਲ ਹੁਣਾਂ ਦੀ ਪਾਰਟੀ ਪੀਪਲਸ ਪਾਰਟੀ ਆਫ ਪੰਜਾਬ ਵਿੱਚ ਸ਼ਾਮਲ ਹੋ ਗਏ ਅਤੇ ਲਹਿਰਾ ਗਾਗਾ ਤੋਂ ਰਜਿੰਦਰ ਕੌਰ ਭੱਠਲ ਦੇ ਵਿਰੁੱਧ ਪੰਜਾਬ ਵਿਧਾਨ ਸਭਾ ਚੋਣਾਂ ਵੀ ਲੜੀਆਂ, ਜਿਸ 'ਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਤੇ ਉਸ ਤੋਂ ਬਾਅਦ 2014 'ਚ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਅਤੇ ਸੰਗਰੂਰ ਤੋਂ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵਿਰੁੱਧ ਲੋਕ ਸਭਾ ਚੋਣਾਂ ਲੜੀਆਂ। ਉਸ ਵੇਲੇ ਭਗਵੰਤ ਮਾਨ ਨੇ ਸੁਖਦੇਵ ਸਿੰਘ ਢੀਂਡਸਾ ਨੂੰ 2 ਲੱਖ ਤੋਂ ਵੀ ਵੱਧ ਵੋਟ ਲੈ ਕੇ ਰਿਕਾਰਡ ਤੋੜ ਹਾਸਲ ਜਿੱਤ ਕੀਤੀ ਸੀ। ਇਹ ਭਗਵੰਤ ਮਾਨ ਦੀ ਪਹਿਲੀ ਤੇ ਵੱਡੀ ਜਿੱਤ ਸੀ। ਸਾਲ 2017 'ਚ ਭਗਵੰਤ ਮਾਨ ਜਲਾਲਾਬਾਦ ਤੋਂ ਸੁਖਬੀਰ ਬਾਦਲ ਖਿਲਾਫ਼ ਚੋਣ ਲੜੇ, ਜਿਸ 'ਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ 2019 'ਚ ਸੰਗਰੂਰ ਤੋਂ ਫਿਰ ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕੀਤੀ। 2 ਵਾਰ MP ਅਤੇ ਸੰਸਦ ਮੈਂਬਰ ਬਣਨ ਉਪਰੰਤ ਆਮ ਆਦਮੀ ਪਾਰਟੀ ਨੇ ਸਾਲ 2022 ਦੀਆਂ ਪੰਜਾਬ ਚੋਣਾਂ 'ਚ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਭਗਵੰਤ ਮਾਨ ਨੂੰ। ਚਿਹਰੇ ਦਾ ਫੈਸਲਾ ਲੋਕਾਂ ਨੇ ਲਿਆ, ਨਾ ਕਿ ਪਾਰਟੀ ਨੇ। ਇੱਕ ਫੋਨ ਕਾਲ ਨਾਲ ਲੋਕਾਂ ਦੀ ਰਾਏ ਲਈ ਗਈ, ਜਿਸ 'ਚ ਪੰਜਾਬ ਦੇ ਲਗਭਗ 21 ਲੱਖ ਤੋਂ ਵੀ ਵੱਧ ਲੋਕਾਂ ਨੇ ਪਾਰਟੀਸਪੇਟ ਕੀਤਾ ਅਤੇ 93% ਲੋਕਾਂ ਨੇ ਭਗਵੰਤ ਮਾਨ ਦਾ ਨਾਮ ਮੁੱਖ ਮੰਤਰੀ ਲਈ ਦੱਸਿਆ। ਆਮ ਆਦਮੀ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਮਿਲਣ ਨਾਲ ਸਟਰੋਂਗ ਵੀ ਹੋ ਗਈ ਅਤੇ ਭਗਵੰਤ ਮਾਨ ਨੇ ਪੁਰਜ਼ੋਰ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਪ੍ਰਚਾਰ 'ਚ ਇੱਕ ਮੌਕਾ ਦੇਣ, ਪੰਜਾਬ ਦੇ ਭਲੇ, ਨਸ਼ਾ, ਬੇਰੁਜ਼ਗਾਰੀ, ਮਾਫੀਆ ਨੇਤਾਵਾਂ ਖਿਲਾਫ਼ ਐਕਸ਼ਨ ਲੈਣ ਦੇ ਵਾਅਦੇ ਕੀਤੇ, ਜੋ ਲੋਕਾਂ ਦੇ ਦਿਲ ਤੱਕ ਪਹੁੰਚ ਗਏ ਅਤੇ ਉਹਨਾਂ ਨੇ ਦਿੱਤਾ ਭਗਵੰਤ ਮਾਨ ਨੂੰ ਮੌਕਾ ਪੰਜਾਬ 'ਚ ਲਾਉਣ ਦਾ। ਅਤੇ 10 ਮਾਰਚ 2022 ਨੂੰ ਚੋਣਾਂ ਦਾ ਰਿਜ਼ਲਟ ਆਇਆ, ਜਿਸ 'ਚ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਲੀਡ ਕਰਦੀ ਰਹੀ ਅਤੇ ਅੰਤ ਆਪ ਨੇ 92 ਸੀਟਾਂ ਲੈ ਕੇ ਪੰਜਾਬ 'ਚ ਸਰਕਾਰ ਬਣਾਈ ਅਤੇ ਮੁੱਖ ਮੰਤਰੀ ਬਣੇ ਭਗਵੰਤ ਸਿੰਘ ਮਾਨ। ਜਿੱਤਣ ਉਪਰੰਤ ਸੰਗਰੂਰ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਲੋਕਾਂ ਦਾ ਧੰਨਵਾਦ ਵੀ ਕੀਤਾ ਅਤੇ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਸਹੁੰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਚੁੱਕਣਗੇ। ਉਹਨਾਂ ਨੇ ਆਪਣੀ ਜਿੱਤ ਦਾ ਸ਼੍ਰੈ ਭਗਤ ਸਿੰਘ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਦਿੱਤਾ ਅਤੇ ਇਹ ਗੱਲ ਵੀ ਆਖੀ ਕਿ ਮੇਰੀਆਂ ਫੋਟੋਆਂ ਆਪਣੇ ਦਫ਼ਤਰਾਂ ਘਰਾਂ 'ਚ ਲਾਉਣੀਆਂ ਬੰਦ ਕਰ ਦਿਓ। ਭਗਵੰਤ ਮਾਨ ਦੀ ਜੇ ਪ੍ਰੋਪਰਟੀ ਦੀ ਗੱਲ ਕਰੀਏ ਤਾਂ 2019 ਦੀਆਂ ਚੋਣਾਂ ਦੌਰਾਨ ਜੋ ਹਲਫੀਆ ਬਿਆਨ ਆਪਣੇ ਅਚਲ ਸੰਪਤੀ ਦਾ ਭਗਵੰਤ ਮਾਨ ਨੇ ਦਿੱਤਾ ਸੀ, ਉਸ ਵਿੱਚ 1,64,00,000 ਰੁਪਏ ਸੀ, ਜਿਸ 'ਚੋਂ 6 ਬੈਂਕ ਖਾਤਿਆਂ 'ਚ 7,94,698 ਰੁਪਏ ਜਮ੍ਹਾਂ ਸਨ। ਭਗਵੰਤ ਮਾਨ ਕੋਲ 2 ਵੱਡੀਆਂ ਗੱਡੀਆਂ ਵੀ ਸਨ, ਜਿਨ੍ਹਾਂ 'ਚੋਂ ਫੋਰਚੂਨਰ ਕਾਰ ਦੀ ਕੀਮਤ 11,84,573 ਰੁਪਏ ਅਤੇ ਕਰੂਜ਼ ਕਾਰ ਦੀ ਕੀਮਤ 8,50,000 ਰੁਪਏ ਦੱਸੀ ਗਈ ਸੀ। ਇਸ ਤੋਂ ਇਲਾਵਾ 3 ਲੱਖ ਦਾ ਸੋਨਾ ਅਤੇ 6,50,000 ਰੁਪਏ ਦਾ ਘਰੇਲੂ ਸਮਾਨ, 20,000 ਰੁਪਏ ਦੀ ਗੰਨ, 75 ਲੱਖ ਰੁਪਏ ਦੀ ਖੇਤੀ ਜ਼ਮੀਨ, 51 ਲੱਖ ਰੁਪਏ ਦੀਆਂ 3 ਇਮਾਰਤਾਂ ਅਤੇ 25,000 ਕੈਸ਼ ਦੱਸਿਆ ਗਿਆ ਸੀ। ਭਗਵੰਤ ਮਾਨ ਅਤੇ ਵਿਵਾਦਾਂ ਦਾ ਵੀ ਗਹਿਰਾ ਰਿਸ਼ਤਾ ਰਿਹਾ। ਕਿਹੜੇ ਕਿਹੜੇ ਵਿਵਾਦ ਭਗਵੰਤ ਮਾਨ ਦੇ ਸਾਹਮਣੇ ਆਏ ਜਿਨ੍ਹਾਂ ਦਾ ਉਹਨਾਂ ਨੂੰ ਡਟ ਕੇ ਸਾਹਮਣਾ ਕਰਨਾ ਪਿਆ? ਸਾਲ 2017 ਦੀਆਂ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ 'ਤੇ ਇਲਜ਼ਾਮ ਲੱਗੇ ਕਿ ਭਗਵੰਤ ਮਾਨ ਸ਼ਰਾਬ ਪੀ ਕੇ ਪਾਰਲੀਮੈਂਟ 'ਚ ਬੋਲਦੇ ਨੇ। ਇਸ ਤੋਂ ਬਾਅਦ ਸਾਲ 2019 'ਚ ਬਰਨਾਲਾ ਰੈਲੀ 'ਚ ਭਗਵੰਤ ਮਾਨ ਨੇ ਸਹੁੰ ਚੁੱਕੀ ਕਿ ਮੈਂ ਸ਼ਰਾਬ ਨੂੰ ਹੱਥ ਵੀ ਨਹੀਂ ਲਾਊਂਗਾ। ਫਿਰ ਵਿਵਾਦ ਠੰਡਾ ਹੋ ਗਿਆ। ਉਸ ਤੋਂ ਬਾਅਦ ਹਰਭਜਨ ਮਾਨ ਅਤੇ ਭਗਵੰਤ ਮਾਨ ਦੇ ਰਿਸ਼ਤੇ ਨੂੰ ਲੈ ਕੇ ਵੀ ਵਿਵਾਦ ਛਿੜਿਆ ਰਿਹਾ। ਕਿਹਾ ਗਿਆ ਕਿ ਭਗਵੰਤ ਮਾਨ ਅਤੇ ਹਰਭਜਨ ਮਾਨ ਦੋਵੇਂ ਸਾਧੂ ਨੇ, ਪਰ ਭਗਵੰਤ ਮਾਨ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਹਰਭਜਨ ਮਾਨ ਦਾ ਸਹੁਰਾ ਪਰਿਵਾਰ ਗਿੱਲ ਕਮਿਊਨਿਟੀ ਨਾਲ ਸੰਬੰਧ ਰੱਖਦਾ ਹੈ ਅਤੇ ਭਗਵੰਤ ਮਾਨ ਦਾ ਸਹੁਰਾ ਪਰਿਵਾਰ ਗਰੇਵਾਲ ਫੈਮਿਲੀ ਨਾਲ ਬਿਲੋਂਗ ਕਰਦੇ ਨੇ, ਸੋ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ। ਜੇ ਭਗਵੰਤ ਮਾਨ ਹੋਰਾਂ ਦੀ ਤਲਾਕ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਹੋਰਾਂ ਦੇ ਇੰਦਰਪ੍ਰੀਤ ਕੌਰ ਨਾਲ ਘਰੇਲੂ ਸਮੱਸਿਆ ਦੇ ਚੱਲਦੇ ਤਲਾਕ ਹੋ ਗਿਆ ਸੀ, ਜਿਸ ਤੋਂ ਬਾਅਦ ਆਪਣੇ ਬੱਚਿਆਂ ਨਾਲ ਇੰਦਰਪ੍ਰੀਤ ਕੌਰ ਅਮਰੀਕਾ ਸ਼ਿਫਟ ਹੋ ਗਏ ਸੀ। ਪੋਲੀਟੀਕਲ ਕੈਰੀਅਰ ਕਾਰਨ ਘਰੇ ਟਾਈਮ ਨਾ ਦੇਣਾ ਤਲਾਕ ਦਾ ਮੁੱਖ ਕਾਰਨ ਬਣਿਆ ਅਤੇ ਇੰਦਰਪ੍ਰੀਤ ਕੌਰ ਪੋਲੀਟਿਕਸ ਨੂੰ ਵੀ ਪਸੰਦ ਨਹੀਂ ਕਰਦੇ ਸੀ। ਪਰ 2022 ਦੀਆਂ ਚੋਣਾਂ ਦੇ ਵਿੱਚ ਇੰਦਰਪ੍ਰੀਤ ਕੌਰ ਹੋਰਾਂ ਅਤੇ ਉਹਨਾਂ ਦੇ ਬੱਚਿਆਂ ਨੇ ਭਗਵੰਤ ਮਾਨ ਦਾ ਪੂਰਾ ਸਾਥ ਦਿੱਤਾ। ਕਹਿੰਦੇ ਨੇ, ਮਿਹਨਤ ਅਤੇ ਲਗਨ ਕਰਨ ਵਾਲਾ ਵਿਅਕਤੀ ਕਦੇ ਵੀ ਪਿੱਛੇ ਨਹੀਂ ਰਹਿੰਦਾ, ਇਹੀ ਸਾਬਤ ਕਰਕੇ ਦਿਖਾਇਆ ਭਗਵੰਤ ਮਾਨ ਨੇ। ਛੋਟੇ ਜਿਹੇ ਪਿੰਡ ਤੋਂ ਉੱਠਿਆ, ਪਿੰਡਾਂ ਦੇ ਸਕੂਲਾਂ 'ਚ ਪੜ੍ਹਿਆ, ਪੰਜਾਬ ਅਤੇ ਕਮਿਊਨਿਟੀ ਲਈ ਸ਼ੁਰੂ ਤੋਂ ਕਮੇਡੀ ਜ਼ਰੀਏ ਲੋਕਾਂ ਸਾਹਮਣੇ ਲਿਆਉਂਦਾ ਰਿਹਾ। ਜਿੰਨੀ ਮਿਹਨਤ ਕਮੇਡੀ ਕੈਰੀਅਰ ਦੇ ਵਿੱਚ ਕੀਤੀ, ਉਸ ਤੋਂ ਵੀ ਵੱਧ ਰਾਜਨੀਤੀ ਕੈਰੀਅਰ ਦੇ ਵਿੱਚ ਕੀਤੀ ਤੇ ਉਸ ਦਾ ਰਿਜ਼ਲਟ ਉਹਨਾਂ ਨੂੰ ਮਿਲਿਆ ਕਿ ਉਹ ਮੁੱਖ ਮੰਤਰੀ ਬਣੇ ਤੇ ਲੋਕਾਂ ਲਈ ਪ੍ਰੇਰਨਾ ਸਰੋਤ ਵੀ। ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਭਗਵੰਤ ਮਾਨ ਨੂੰ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਦੇਖਦੇ ਰਹੋ ਚਸਕਾ TV।